ਜਦੋਂ ਮੈਂ ਬਹੁਤ ਨਿੱਕੀ ਹੁੰਦੀ ਸੀ ਨਾ ਉਦੋਂ ਮੇਰੀ ਮੰਮਾ ਨੇ ਇੱਦਾਂ ਕਿਹਾ ਸੀ ਕਿ ਮੈਂ ਇੱਕੋ ਚੀਜ਼ ਚਾਹੁੰਦੀ ਹਾਂ ਕਿ ਮੇਰੀ ਧੀ ਦੀ ਸਰਕਾਰੀ ਨੌਕਰੀ ਹੋਵੇ ਜਿਵੇਂ ਘਰ ਦੇ ਵਿੱਚ ਇਕਨੋਮਿਕਲ ਕੰਡੀਸ਼ਨ ਕੁਝ ਸਹੀ ਨਹੀਂ ਸੀ ਉਹਨਾਂ ਨੂੰ ਸੀ ਕਿ ਇਹ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਵੱਖਰਾ ਕਰ ਜਾਵੇ ਉਹਨਾਂ ਦੀ ਇਹ ਸੋਚ ਸੀ ਜੋ ਮੈਂ ਦੇਖਿਆ ਮੇਰੀ ਧੀ ਕਦੀ ਨਾ ਦੇਖੇ ਮੈਂ ਘਰ ਦੀ ਹਰ ਚੀਜ਼ ਨੂੰ ਲੈ ਕੇ ਇੰਨੀ ਜ਼ਿਆਦਾ ਅਫੈਕਟ ਵੀ ਹੁੰਦੀ ਸੀ ਬਟ ਮੇਰੇ ਪੇਰੈਂਟਸ ਨੇ ਖਾਸ ਕਰ ਮੇਰੇ ਗ੍ਰੈਂਡਫਾਦਰ ਨੇ ਮੈਨੂੰ ਇੱਕੋ ਗੱਲ ਕਹੀ ਸੀ ਕਿ ਅਸੀਂ ਬੈਠੇ ਹਾਂ ਤੇਰਾ ਕੰਮ ਇੱਕ ਹੀ ਹੈ ਸਿਰਫ ਪੜ੍ਹਨਾ ਔਰ ਦੂਜਾ ਤੇਰਾ ਕੋਈ ਕੰਮ ਨਹੀਂ ਹੈ ਘਰ ਦੇ ਵਿੱਚ ਕੋਈ ਚੰਗੀ ਮਾੜੀ ਗੱਲ ਹੋਵੇ ਕੋਈ ਮਰੇ ਕੋਈ ਜੀਵੇ ਤੈਨੂੰ ਕੋਈ ਫਰਕ ਨਹੀਂ ਪੈਣਾ ਚਾਹੀਦਾ ਤੇਰਾ ਇੱਕੋ ਜਿਹੜਾ ਟੀਚਾ ਤੂੰ ਮਿੱਥਿਆ ਹੈ ਘੱਟੋ ਘੱਟ 2.5 ਸਾਲ ਮੈਂ ਕਿਤੇ ਨਹੀਂ ਆਈ ਗਈ ਮੈਂ ਕੋਈ ਪਾਰਟੀ ਨਹੀਂ ਅਟੈਂਡ ਕੀਤੀ ਕੋਈ ਫੰਕਸ਼ਨ ਨਹੀਂ ਇਵਨ ਫੈਮਿਲੀ ਫੰਕਸ਼ਨਸ ਵੀ ਮੈਂ ਸਕਿਪ ਕੀਤੇ ਸਾਰੇ ਪੁੱਛਦੇ ਸੀ ਹਿਮਾਨੀ ਕਿਉਂ ਨਹੀਂ ਆਉਂਦੀ ਵਜ੍ਹਾ ਇੱਕ ਸੀ ਕਿ ਮੈਂ ਪੜ੍ਹਨਾ ਸੀ ਮੇਰੇ ਬ੍ਰਦਰ ਨੇ ਮੈਨੂੰ ਇੱਕ ਗੱਲ ਕਹਿ ਕੇ ਭੇਜੀ ਘਰੋਂ ਸਾਰਾ ਭਾਰ ਨਾ ਆਪਣਾ ਉੱਥੇ ਰੱਖ ਕੇ ਆਈ ਘਰ ਹੁਣ ਵਾਪਸ ਨਾ ਲੈ ਕੇ ਆਈ ਜਿੰਨੀ ਤੂੰ ਪਰੇਸ਼ਾਨ ਰਹਿਣੀ ਹੈ ਕਿਵੇਂ ਸੀਗਾ ਮਾਹੌਲ ਜਦੋਂ ਆ ਕੇ ਹਿਮਾਨੀ ਨੇ ਤੁਹਾਨੂੰ ਦੱਸਿਆ ਬੜੀ ਮਾਣ ਵਾਲੀ ਗੱਲ ਹੁੰਦੀ ਹੈ ਕਿ ਏਡੀ ਵੱਡੀ ਪ੍ਰਾਪਤੀ ਹਾਸਲ ਕੀਤੀ ਮੈਂ ਕਹਿੰਦਾ ਇਹਦੇ ਨਾਲੋਂ ਕੋਈ ਵੱਡੀ ਗੱਲ ਹੋ ਨਹੀਂ ਸਕਦੀ ਹੋਰ ਕਿ ਜਿੱਥੇ ਇਹ ਪਹੁੰਚੀ ਹੈ ਅਸੀਂ ਕਦੀ ਜ਼ਿੰਦਗੀ ਸੋਚਿਆ ਵੀ ਨਹੀਂ ਸੀ ਤੁਹਾਡੇ ਫਾਦਰ ਵੱਲ ਤੁਸੀਂ ਦੇਖਦੇ ਹੋਵੋਗੇ ਨੇਰੇ ਸਵੇਰੇ ਮਿਹਨਤ ਕਰਦੇ ਸੀਗੇ ਆਟੋ ਰਿਕਸ਼ਾ ਲੈ ਕੇ ਆਉਂਦੇ ਸੀਗੇ ਤਾਂ ਉਦੋਂ ਹੋਰ ਵੀ ਜ਼ਿਆਦਾ ਜ਼ਿੰਮੇਵਾਰੀ ਵੱਧ ਜਾਂਦੀ ਹੈ ਜਦੋਂ ਦੇਖਦੇ ਸੀਗੇ ਫਾਦਰ ਨੂੰ ਜਾਂ ਗ੍ਰੈਂਡ ਫਾਦਰ ਨੂੰ ਤੁਸੀਂ ਮਿਹਨਤ ਕਰਦੇ ਉਦੋਂ ਕੀ ਕੁਝ ਚੱਲਦਾ ਸੀਗਾ ਜਦੋਂ ਮੈਂ ਜਦੋਂ ਦੇਖਦੀ ਸੀ ਤੇ ਮੇਰੇ ਅੰਦਰ ਇੱਕ ਉਬਾਲ ਜਿਹਾ ਉੱਠਦਾ ਸੀ ਕਿ ਮੈਂ ਇਹਨਾਂ ਨੂੰ ਕੁਝ ਕਰਕੇ ਦਿਖਾਉਣਾ ਹੈ ਇਹਨਾਂ ਦਾ ਧੀਆਂ ਤੋਂ ਇਹਨਾਂ ਨੂੰ ਉਮੀਦ ਇਹੀ ਸੀ ਕਿ ਆਪਣੇ ਲਈ ਕਰ ਲੈ ਬਸ ਮਿਹਨਤ ਲਗਨ ਤੇ ਸੰਘਰਸ਼ ਜਦੋਂ ਆਪਸ ਦੇ ਵਿੱਚ ਮਿਲ ਜਾਂਦੇ ਨੇ ਤਾਂ ਫਿਰ ਕਾਮਯਾਬੀ ਤੁਹਾਡੇ ਕੋਲ ਆਪ ਚੱਲ ਕੇ ਆਉਂਦੀ ਹੈ ਜਲੰਧਰ ਦੀ ਇੱਕ ਧੀ ਨੇ ਜੁਡੀਸ਼ਰੀ ਦੀ ਪ੍ਰੀਖਿਆ ਪਾਸ ਕਰਕੇ ਆਪਣੇ ਪਰਿਵਾਰ ਦਾ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਬੇਹੱਦ ਸਧਾਰਨ ਪਰਿਵਾਰ ਦੇ ਵਿੱਚੋਂ ਨਿਕਲ ਕੇ ਹਿਮਾਨੀ ਨੇ ਇਹ ਕਾਮਯਾਬੀ ਹਾਸਲ ਕੀਤੀ ਹੈ ਇਸ ਵੇਲੇ ਅਸੀਂ ਹਿਮਾਨੀ ਹੁਣਾਂ ਦੇ ਘਰ ਦੇ ਵਿੱਚ ਮੌਜੂਦ ਹੈਗੇ ਹਾਂ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈਗਾ ਪੂਰਾ ਪਰਿਵਾਰ ਸਾਡੇ ਨਾਲ ਮੌਜੂਦ ਹੈਗਾ ਗੱਲਬਾਤ ਕਰਦੇ ਹਾਂ ਹਿਮਾਨੀ ਸਭ ਤੋਂ ਪਹਿਲਾਂ ਦਾ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਥੈਂਕ ਯੂ ਸਰ ਅੱਛਾ ਕਿਵੇਂ ਸਫ਼ਰ ਕਿਹੋ ਜਿਹਾ ਰਿਹਾ ਕਦੋਂ ਸ਼ੁਰੂਆਤ ਹੁੰਦੀ ਕਿੰਨਾ ਸਮਾਂ ਲੱਗਿਆ ਔਰ ਕਿੰਨੀ ਮਿਹਨਤ ਲੱਗੀ ਇੱਥੋਂ ਤੱਕ ਪਹੁੰਚਣ ਲੱਗਿਆ ਸਰ ਸਫ਼ਰ ਜੇ ਮੈਂ ਗੱਲ ਕਰਾਂ ਤਾਂ ਜ਼ਿੰਦਗੀ ਆਸਾਨ ਨਹੀਂ ਹੈ ਜਿੱਦਾਂ ਉਸੇ ਤਰ੍ਹਾਂ ਇਹ ਸਫ਼ਰ ਵੀ ਕੁਛ ਆਸਾਨ ਨਹੀਂ ਸੀ ਬਹੁਤ ਅਪਸ ਐਂਡ ਡਾਊਨਸ ਆਏ ਬਹੁਤ ਫਿਜ਼ੀਕਲ ਚੈਲੇਂਜਸ ਮੈਂਟਲ ਚੈਲੇਂਜਸ ਕੁਛ ਇਕਨੋਮਿਕਲ ਜਿਹੜੇ ਚੈਲੇਂਜਸ ਫੇਸ ਕਰਨੇ ਪਏ ਮੈਨੂੰ ਮੇਰੀ ਫੈਮਿਲੀ ਨੂੰ ਬਟ ਥਰੂ ਆਊਟ ਦ ਜਰਨੀ ਇੱਕੋ ਹੀ ਚੀਜ਼ ਸੀ ਮੇਰੇ ਫੈਮਿਲੀ ਦਾ ਸਪੋਰਟ ਬਹੁਤ ਜ਼ਿਆਦਾ ਸੀ ਮੇਰੇ ਟੀਚਰਸ ਦਾ ਸਪੋਰਟ ਬਹੁਤ ਜ਼ਿਆਦਾ ਸੀ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਮੈਂ ਏਪੈਕਸ ਜੁਡੀਸ਼ੀਅਲ ਅਕੈਡਮੀ ਤੋਂ ਕੋਚਿੰਗ ਲਿੱਤੀ ਹੈ ਅਮਿਤ ਸਰ ਦਾ ਬਹੁਤ ਸਪੋਰਟ ਸੀ ਸੇਂਟ ਸੋਲਜਰ ਤੋਂ ਜਿਹੜੇ ਐਸਸੀ ਸ਼ਰਮਾ ਡਾਇਰੈਕਟਰ ਸਰ ਨੇ ਉਹਨਾਂ ਦਾ ਬਹੁਤ ਸਪੋਰਟ ਸੀ ਮੈਨੂੰ ਕਦੀ ਵੀ ਕਿਸੇ ਚੀਜ਼ ਲਈ ਤੰਗੀ ਨਹੀਂ ਆਉਣ ਦਿੱਤੀ ਅਤੇ ਮੈਨੂੰ ਹਰ ਤਰ੍ਹਾਂ ਨਾਲ ਪੂਰਾ ਕੀਤਾ ਗਿਆ ਤਾਂ ਕਿ ਮੇਰੀ ਪੜ੍ਹਾਈ ਦੇ ਵਿੱਚ ਕੋਈ ਖਰਾਬੀ ਨਾ ਆਵੇ ਅਤੇ ਮੈਂ ਇਸ ਐਗਜ਼ਾਮ ਨੂੰ ਪਹਿਲੀ ਵਾਰ 'ਚ ਕਰੈਕ ਕਰ ਸਕਾਂ ਅੱਛਾ ਪਹਿਲੀ ਵਾਰ ਦੇ ਵਿੱਚ ਤੁਸੀਂ ਇਹ ਕਰੈਕ ਕਰਤਾ ਕਿੰਨਵੀਂ ਰੈਂਕ ਤੁਹਾਡਾ ਕਿੰਨਵਾਂ ਆਇਆ ਸਰ 5ਵਾਂ ਰੈਂਕ ਸੀ ਮੇਰਾ ਅੱਛਾ ਹਾਂਜੀ ਅੱਛਾ ਜਰਨੀ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ ਸ਼ੁਰੂ ਤੋਂ ਤੁਹਾਨੂੰ ਸ਼ੌਂਕ ਸੀਗਾ ਕਿ ਜੁਡੀਸ਼ਰੀ ਵਾਲੇ ਪਾਸੇ ਜਾਣਾ ਕਿ ਜਾਂ ਉਸ ਤੋਂ ਬਾਅਦ ਤੁਸੀਂ ਇੱਧਰ ਆਏ ਸਰ ਜਦੋਂ ਮੈਂ ਕਾਲਜ ਵਿੱਚ ਸੀ ਮੈਨੂੰ ਇੱਕੋ ਹੀ ਚੀਜ਼ ਸੀ ਮੇਰੀ ਮਾਂ ਦਾ ਸੁਪਨਾ ਸੀ ਕਿ ਮੇਰੀ ਧੀ ਬਾਕੀਆਂ ਵਾਂਗਰ ਗੋਲਡ ਮੈਡਲ ਲੈ ਕੇ ਆਵੇ ਘਰ ਦੇ ਵਿੱਚ ਉਹਨਾਂ ਨੂੰ ਮੇਰੇ ਤੋਂ ਸ਼ੁਰੂ ਤੋਂ ਬਹੁਤ ਉਮੀਦ ਸੀ ਮੈਨੂੰ ਹਜੇ ਵੀ ਯਾਦ ਹੈ ਜਦੋਂ ਮੈਂ ਬਹੁਤ ਨਿੱਕੀ ਹੁੰਦੀ ਸੀ ਨਾ ਉਦੋਂ ਮੇਰੀ ਮੰਮਾ ਨੇ ਇੱਦਾਂ ਕਿਹਾ ਸੀ ਕਿ ਮੈਂ ਇੱਕੋ ਚੀਜ਼ ਚਾਹੁੰਦੀ ਹਾਂ ਕਿ ਮੇਰੀ ਧੀ ਦੀ ਸਰਕਾਰੀ ਨੌਕਰੀ ਹੋਵੇ ਜਿਵੇਂ ਘਰ ਦੇ ਵਿੱਚ ਇਕਨੋਮਿਕਲ ਕੰਡੀਸ਼ਨ ਕੁਛ ਸਹੀ ਨਹੀਂ ਸੀ ਉਹਨਾਂ ਨੂੰ ਸੀ ਕਿ ਇਹ ਆਪਣੀ ਜ਼ਿੰਦਗੀ ਦੇ ਵਿੱਚ ਕੁਛ ਵੱਖਰਾ ਕਰ ਜਾਵੇ ਉਹਨਾਂ ਦੀ ਇਹ ਸੋਚ ਸੀ ਜੋ ਮੈਂ ਦੇਖਿਆ ਮੇਰੀ ਧੀ ਕਦੀ ਨਾ ਦੇਖੇ ਜਿਵੇਂ ਮੇਰੇ ਫਾਦਰ ਬਹੁਤ ਮਿਹਨਤੀ ਸੀ ਮੇਰੇ ਗ੍ਰੈਂਡਫਾਦਰ ਦੀ ਸਪੋਰਟ ਸੀ ਬਟ ਸਟਿਲ ਬਹੁਤ ਸਾਰੀਆਂ ਪ੍ਰੋਬਲਮਸ ਸੀ ਤੇ ਉਸ ਚੀਜ਼ ਨੂੰ ਦੇਖਦੇ ਹੋਏ ਮੈਂ ਆਪਣੇ ਅੰਦਰ ਇੱਕ ਚੀਜ਼ ਦੇਖੀ ਸੀ ਕਿ ਮੈਨੂੰ ਗਵਰਨਮੈਂਟ ਜੋਬ ਚਾਹੀਦੀ ਹੈ ਉਹ ਕੀ ਹੋਏਗੀ ਇਹ ਮੈਨੂੰ ਨਹੀਂ ਸੀ ਪਤਾ ਉਦੋਂ ਫਿਰ ਜਦੋਂ ਮੈਂ ਕਾਲਜ ਵਿੱਚ ਗਈ ਮੇਰੇ ਪੋਟੈਂਸ਼ੀਅਲ ਦੇਖ ਕੇ ਮੇਰੇ ਇੰਟਰਸਟ ਵੇਖ ਕੇ ਮੇਰੇ ਜਿਹੜੇ ਕਾਲਜ ਦੇ ਟੀਚਰ ਸੀ ਡਾਇਰੈਕਟਰ ਸਰ ਸੀਗੇ ਉਹਨਾਂ ਨੇ ਬਹੁਤ ਮੋਟੀਵੇਟ ਕੀਤਾ ਇਸ ਚੀਜ਼ ਦੇ ਲਈ ਫਿਰ ਉਸ ਤੋਂ ਬਾਅਦ ਉਸ ਟਾਈਮ ਤੇ ਬਟ ਮੇਰੀ ਇੱਕ ਹੀ ਸੋਚ ਸੀ ਕਿ ਮੈਂ ਗੋਲਡ ਮੈਡਲ ਲੈਣਾ ਤੇ ਉਹ ਮੈਂ ਉਸ ਚੀਜ਼ ਲਈ ਵੀ ਸ਼ੁਕਰਗੁਜ਼ਾਰ ਹਾਂ ਰੱਬ ਨੇ ਮੈਨੂੰ ਉਹ ਵੀ ਚੀਜ਼ ਦਿੱਤੀ ਫਿਰ ਉਸ ਤੋਂ ਬਾਅਦ ਜਦੋਂ ਮੈਂ ਆਪਣੀ ਲਾਅ ਕੰਪਲੀਟ ਕੀਤੀ ਮੇਰੇ ਦਿਮਾਗ ਦੇ ਵਿੱਚ ਆਇਆ ਲਾਈਕ ਵਟ ਵੁੱਡ ਬੀ ਦ ਨੈਕਸਟ ਸਟੈਪ ਤੇ ਮੈਂ ਸੋਚਿਆ ਕਿ ਜੁਡੀਸ਼ਰੀ ਵੁੱਡ ਬੀ ਦੀ ਬੈਸਟ ਆਪਸ਼ਨ ਫਾਰ ਮੀ ਅੱਛਾ ਜਦੋਂ ਕਹਿੰਦੇ ਨੇ ਕਿ ਸਧਾਰਨ ਘਰਾਂ ਦੇ ਵਿੱਚੋਂ ਅਸੀਂ ਉੱਠ ਕੇ ਮਿਹਨਤ ਕਰਦੇ ਹਾਂ ਜਾਂ ਕੋਈ ਟੀਚਾ ਹਾਸਲ ਕਰਨਾ ਹੋਏ ਤਾਂ ਬੜੀਆਂ ਸਾਰੀਆਂ ਜ਼ਿੰਮੇਵਾਰੀਆਂ ਵੀ ਹੁੰਦੀਆਂ ਜਿਵੇਂ ਤੁਸੀਂ ਦੱਸਿਆ ਕਿ ਫਾਦਰ ਆਟੋ ਰਿਕਸ਼ਾ ਚਲਾਉਂਦੇ ਨੇ ਹਨਾ ਘਰ ਦੇ ਹਾਲਾਤ ਵੀ ਜਦੋਂ ਠੀਕ ਠਾਕ ਹੋਣ ਤਾਂ ਉਦੋਂ ਹੋਰ ਜ਼ਿਆਦਾ ਜ਼ਿੰਮੇਵਾਰੀ ਵੱਧ ਜਾਂਦੀ ਹੈ ਜਦੋਂ ਪ੍ਰੈਕਟਿਸ ਕਰਦੇ ਸੀਗੇ ਜਾਂ ਮਿਹਨਤ ਕਰਦੇ ਸੀਗੇ ਇਹ ਚੀਜ਼ਾਂ ਮਾਈਂਡ 'ਚ ਚੱਲਦੀਆਂ ਸੀਗੀਆਂ ਨਾਲ
जी बिल्कुल चलदियां सी। मैं घर घर दी हर चीज़ नूं लैके इन्नी ज़्यादा अफेक्ट भी हुंदी सी, बट मेरे पेरेंट्स ने, खासकर मेरे ग्रैंडफादर ने मैनूं इक्को गल कही सी कि असीं बैठे हाँ, तेरा काम एक ही है, सिर्फ पढ़ना, और दूजा तेरा कोई काम नहीं है। घर दे विच कोई चंगी माड़ी गल होवे, कोई मरे कोई जीवे, तेनूं कोई फर्क नहीं पैना चाहिए। तेरा इक्को जिहड़ा टीचा तूं मिथ्या है, तू वह चीज़ देखनी है। मैं इत्थे अपने दिन इसे करके गिन रहा वा क्योंकि मैं तेरे उस मुकाम नूं देखना चाहना वा कि तू अपनी जिंदगी दे विच सफल हो सके। अच्छा, एड्डा वड्डा मुकाम हासिल करना सौखा नहीं हुंदा, कहिंदे ने कि रातां जागणियां पैंदियां, कई कई घंटे स्टडी करनी पैंदी, फिर जाके एग्जाम क्रैक होंदे ने। थोड़ा शेड्यूल की हुंदा सीगा, किन्ने घंटे तुसी स्टडी करदे सीगे, जां कहिंदे ने कि बाहर पार्टियां वगैरह भी छड्डनियां पैंदियां सारा कुछ? जी सर बिल्कुल, मैं कहां ते घट्टो घट 2.5 साल मैं किते नहीं आई गई, मैं कोई पार्टी नहीं अटेंड कीती, कोई फंक्शन नहीं, इवन फैमिली फंक्शंस भी मैं स्किप किते। सारे पुछदे सी हिमानी क्यों नहीं आंदी, वजह एक सी कि मैं पढ़ना सी, मैं किसी भी तरह की डिस्ट्रैक्शन नहीं चाहती सी। मैं नहीं चाहती सी, मैनू कोई दूसरियां कुड़ियां वगर कोई सज्जन धज्जन का कोई शौक नहीं सी। मेरा एक ही शौक सी कि मेरे को मेरे हाथ नौकरी होनी चाहिए है, ताकि मैं अपने घरद्यां दा, अपना ही नहीं सिर्फ अपने घरद्यां दा भी भविष्य सवार सकां। ਇਹ ਗੱਲ ਠੀਕ ਹੈ, ਕਹਿੰਦੇ ਨੇ ਕਿ 16 ਘੰਟੇ 18 ਘੰਟੇ 20-20 ਘੰਟੇ ਸਟੱਡੀ ਕਰਨੀ ਪੈਂਦੀ ਹੈ? ਜੀ ਸਰ, ਇਹ ਗੱਲ ਬਿਲਕੁਲ ਠੀਕ ਹੈ, ਕਿਉਂਕਿ ਮੈਨੂੰ ਇੱਦਾਂ ਲੱਗਦਾ ਹੈ ਜੇ ਤੁਹਾਡੇ ਕੋਲ ਤੁਸੀਂ ਉਹਨਾਂ ਟਾਈਮ ਹੀ ਡਿਵੋਟ ਨਹੀਂ ਕਰ ਸਕਦੇ। ਮੈਂ ਉਹਨਾਂ ਟਾਈਮ ਡਿਵੋਟ ਕੀਤਾ ਹੈ, ਤਾਂ ਹੀ ਸ਼ਾਇਦ ਮੈਂ ਫਸਟ ਅਟੈਂਪਟ ਦੇ ਵਿੱਚ ਕਰੈਕ ਕਰ ਪਾਈ ਹਾਂ। ਬਹੁਤ ਟਾਈਮ ਡਿਵੋਟ ਕਰਨ ਦੇ ਬਾਅਦ ਐਟਲੀਸਟ 17-18 ਆਵਰਸ ਆਫ ਮਾਈ ਡੇ ਆਈ ਡਿਵੋਟਿਡ ਟੂ ਦ ਪ੍ਰਿਪਰੇਸ਼ਨ। ਅੱਛਾ, ਬੜਾ ਸਮਾਂ ਲੱਗਾ, ਮਿਹਨਤ ਲੱਗੀ ਤੁਹਾਡੀ ਤਿਆਰੀ ਕਰਦੇ। ਜਦੋਂ ਫਿਰ ਰਿਜ਼ਲਟ ਆਉਣਾ ਸੀਗਾ, ਉਸ ਦਿਨ ਮਾਹੌਲ ਕੀ ਸੀਗਾ, ਔਰ ਰਿਜ਼ਲਟ ਤੋਂ ਪਹਿਲਾਂ ਤੇ ਰਿਜ਼ਲਟ ਤੋਂ ਬਾਅਦ? ਸਰ ਮੈਂ ਇਹ ਗੱਲ ਕਹਾਂਗੀ ਕਿ ਡਿਊਰਿੰਗ ਮਾਈ ਪ੍ਰੈਪਰੇਸ਼ਨ ਹੱਲਾਸ਼ੇਰੀ ਵੀ ਪੂਰੀ ਸੀ ਅਤੇ ਡਰ ਵੀ ਅੰਦਰ ਪੂਰਾ ਸੀ ਕਿ ਪਤਾ ਨਹੀਂ ਕੀ ਬਣਨਾ। ਪਰ ਮੈਨੂੰ ਇੱਕ ਗੱਲ ਮੇਰੇ ਫਾਦਰ ਕਹਿੰਦੇ ਸੀ ਕਿ ਤੈਨੂੰ ਕੋਈ ਰੋਕ ਨਹੀਂ ਸਕਦਾ, ਅਤੇ ਮੇਰੇ ਗ੍ਰੈਂਡਫਾਦਰ ਕਹਿੰਦੇ ਸੀ ਜੇ ਹਿੰਮਤ ਹੈਗੀ ਹੈ ਨਾ ਤਾਂ ਸਭ ਕੁਝ ਕਰ ਸਕਦੇ ਹੈ। ਅਤੇ ਜਦੋਂ ਇੰਟਰਵਿਊ ਤੋਂ ਪਹਿਲਾਂ ਦੀ ਗੱਲ ਕਰਾਂ, ਡਰ ਇਹ ਸੀ ਕਿ ਪੈਨਲ ਨੂੰ ਫੇਸ ਕਰਨਾ, ਇੰਨੇ ਸਾਰੇ ਉੱਥੇ ਜੱਜਸ ਬੈਠੇ ਹੋਣਗੇ ਤਾਂ ਕੀ ਸਵਾਲ ਪੁੱਛਣਗੇ, ਕਿਤੇ ਨਾ ਕਿਤੇ ਡਰ ਸੀ। ਬਟ ਮੇਰੇ ਟੀਚਰ ਦੀ ਕਾਲ ਆਈ ਸੀ ਮੈਨੂੰ ਇੱਕ ਦਿਨ ਪਹਿਲਾਂ, ਅਤੇ ਉਹਨਾਂ ਨੇ ਇਹ ਕਿਹਾ, ਹਿਮਾਨੀ ਸੋਚਣਾ ਨਹੀਂ, ਜਿੱਦਾਂ ਮੇਰੇ ਨਾਲ ਪੂਰੇ ਧੜੱਲੇ ਨਾਲ ਗੱਲ ਕਰਦੀ ਹੈ ਨਾ, ਉੱਥੇ ਇੱਦਾਂ ਹੀ ਗੱਲ ਕਰਕੇ ਆਉਣੀ ਬਸ, ਤੂੰ ਬਸ ਉਹਨਾਂ ਨੂੰ ਇੱਜ਼ਤ ਪੂਰੀ ਦੇਣੀ ਅਸੀਂ। ਅਤੇ ਉਸ ਤੋਂ ਬਾਅਦ ਇੰਟਰਵਿਊ ਦੇ ਕੇ ਆਉਣ ਤੋਂ ਬਾਅਦ ਮੈਂ ਕਹਾਂ ਕਿ ਘਬਰਾਹਟ ਬਹੁਤ ਜ਼ਿਆਦਾ ਸੀ। ਮੇਰੇ ਬ੍ਰਦਰ ਨੇ ਮੈਨੂੰ ਇੱਕ ਗੱਲ ਕਹਿ ਕੇ ਭੇਜੀ, ਘਰੋਂ ਸਾਰਾ ਭਾਰ ਨਾ ਆਪਣਾ ਉੱਥੇ ਰੱਖ ਕੇ ਆਈ, ਘਰ ਹੁਣ ਵਾਪਸ ਨਾ ਲੈ ਕੇ ਆਈ, ਜਿੰਨੀ ਤੂੰ ਪਰੇਸ਼ਾਨ ਰਹਿੰਦੀ ਹੈ। ਫਿਰ ਮੈਂ ਘਰ ਆਈ, ਮੈਨੂੰ ਇਹ ਸੀ ਕਿ ਸ਼ਾਇਦ ਸਟ੍ਰੈਸ ਖਤਮ ਹੋ ਜਾਏਗਾ ਹੁਣ, ਬਟ ਸਟ੍ਰੈਸ ਖਤਮ ਨਹੀਂ ਹੋਇਆ, ਹੁਣ ਸਟ੍ਰੈਸ ਵੱਧ ਗਿਆ। ਮੇਰੇ ਮਦਰ ਬਹੁਤ ਪਰੇਸ਼ਾਨ ਰਹਿੰਦੇ ਸੀ, ਅਸੀਂ 4 ਦਿਨ ਸੁੱਤੇ ਨਹੀਂ, ਇਹ ਸੋਚ ਕੇ ਕਿ ਆਉਣ ਵਾਲੇ ਦਿਨਾਂ 'ਚ ਕੀ ਹੋਏਗਾ। ਪਰ ਮੈਂ ਆਪਣੇ ਆਪ ਨੂੰ ਸਮਝਾਉਣਾ ਸ਼ੁਰੂ ਕੀਤਾ, ਆਪਣੀ ਮਦਰ ਨੂੰ ਸਮਝਾਉਣਾ ਸ਼ੁਰੂ ਕੀਤਾ ਕਿ ਜੇ ਇਸ ਤਰ੍ਹਾਂ ਅਸੀਂ ਸੋਚਦੇ ਰਹੇ, ਕੀ ਪਤਾ ਰਿਜ਼ਲਟ 10-15 ਦਿਨ ਨਾ ਆਵੇ ਅਤੇ ਅਸੀਂ ਸੋਣਾ ਨਹੀਂ, ਅਸੀਂ ਬਿਮਾਰ ਥੋੜ੍ਹਾ ਹੋਣਾ। ਇਹ ਚੀਜ਼ ਦੇਖਦੇ ਹੋਏ ਮੈਂ ਆਪਣੇ ਆਪ ਨੂੰ ਸੰਭਾਲਣਾ ਸ਼ੁਰੂ ਕੀਤਾ ਕਿ ਪਰਮਾਤਮਾ ਦੀ ਗੱਲ ਹੈ, ਹੁਣ ਤਾਂ ਬਸ ਪਰਮਾਤਮਾ ਦੇ ਹੱਥ ਹੈ ਕਿ ਉਹਨੇ ਕੀ ਦੇਣਾ, ਮੈਨੂੰ ਬਸ ਮਨਜ਼ੂਰੀ ਦੀ ਹਿੰਮਤ ਦੇਵੇ ਉਹ। ਅਤੇ ਜੇ ਮੈਂ ਗੱਲ ਕਰਾਂ ਇੰਟਰਵਿਊ ਵਾਲੇ ਦਿਨ ਦੀ, ਇੰਟਰਵਿਊ ਤੋਂ ਬਾਅਦ ਮੈਂ ਜਿੱਦਾਂ ਤੁਹਾਨੂੰ ਦੱਸਿਆ ਕਿ ਉਸ ਤੋਂ ਪਹਿਲਾਂ ਮੈਨੂੰ ਟੈਨਸ਼ਨ ਸੀ, ਉਸ ਤੋਂ ਬਾਅਦ ਵੀ ਮੈਨੂੰ ਟੈਨਸ਼ਨ ਸੀ, ਬਟ ਮੈਂ ਆਪਣੇ ਆਪ ਨੂੰ ਸੰਭਾਲਣਾ ਸ਼ੁਰੂ ਕੀਤਾ। ਬਟ ਜਿਸ ਦਿਨ ਰਿਜ਼ਲਟ, ਮਤਲਬ ਸੰਭਾਵਨਾ ਸੀਗੀ ਰਿਜ਼ਲਟ ਥੋੜ੍ਹੇ ਦਿਨਾਂ 'ਚ ਆ ਜਾਣਾ, ਅਤੇ ਬਾਈ ਚਾਂਸ ਹੀ ਪਰਸੋਂ ਜਦੋਂ ਰਿਜ਼ਲਟ ਆਉਣਾ ਸੀ, ਸਵੇਰ ਦੀ ਮੈਨੂੰ ਬੜੀ ਪਰੇਸ਼ਾਨੀ ਹੋ ਰਹੀ ਸੀ ਕਿ ਮੈਨੂੰ ਮੇਰਾ ਕੀ ਬਣੇਗਾ, ਅਤੇ ਮੈਂ ਰੋਈ ਜਾਵਾਂ। ਮੈਂ ਆਪਣੇ ਪੇਰੈਂਟਸ ਨੂੰ ਨਹੀਂ ਦੱਸਿਆ ਕਿ ਮੈਨੂੰ ਅੱਜ ਲੱਗ ਰਿਹਾ ਕਿ ਰਿਜ਼ਲਟ ਆ ਜਾਏਗਾ, ਫਰੈਂਡਸ ਮੇਰੇ ਕਹਿ ਰਹੇ ਸੀ ਕਿ ਰਿਜ਼ਲਟ ਆ ਜਾਏਗਾ, ਜਿਵੇਂ ਅਨਨੋਨ ਸੋਰਸਿਸ ਵੀ ਹੁੰਦੇ ਕਈ ਵਾਰ। ਬਟ ਫਿਰ ਮੈਂ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਮੇਰੇ ਕੋਲ ਨਹੀਂ ਸੰਭਾਲਿਆ ਗਿਆ, ਮੈਂ ਬਹੁਤ ਰੋਈ, ਮੈਨੂੰ ਸਾਰੇ ਪੁੱਛੀ ਜਾਣ ਉਸ ਦਿਨ ਤੂੰ ਰੋ ਕਿਉਂ ਰਹੀ ਹੈ, ਅੱਜ ਤੂੰ ਰੋਟੀ ਵੀ ਨਹੀਂ ਖਾ ਰਹੀ ਹੈ, ਕੀ ਗੱਲ ਹੈ। ਮੈਂ ਕਿਹਾ ਜੇ ਮੈਂ ਇਹਨਾਂ ਨੂੰ ਦੱਸਿਆ, ਇਹਨਾਂ ਨੇ ਵੀ ਬਹੁਤ ਪਰੇਸ਼ਾਨ ਹੋਣਾ, ਅਤੇ ਰਿਜ਼ਲਟ ਦਾ ਪਤਾ ਨਹੀਂ ਅੱਜ ਆਏ ਨਾ ਆਏ, ਫਿਰ ਇਹ ਵੀ ਪਰੇਸ਼ਾਨ ਹੋਣਗੇ ਅਤੇ ਖਾਣਗੇ ਨਹੀਂ। ਅਤੇ ਮੈਂ ਸ਼ਾਮ ਨੂੰ ਸੋਚਿਆ ਕਿ ਹੁਣ ਮੈਂ ਸਾਰਾ ਦਿਨ ਖਾਧਾ ਨਹੀਂ ਹੈ, ਤਾਂ ਮੈਨੂੰ ਲੱਗਦਾ ਮੈਨੂੰ ਖਾ ਲੈਣਾ ਚਾਹੀਦਾ, ਰਿਜ਼ਲਟ ਆਇਆ ਨਹੀਂ ਮੇਰਾ। ਫਿਰ ਜਦੋਂ ਰਾਤ ਮੈਂ ਡਿਨਰ ਕਰਕੇ ਹਟੀ, ਸਿਰਫ ਮੈਂ ਹੀ ਘਰ 'ਚ ਡਿਨਰ ਕੀਤਾ ਸੀ ਅਜੇ, ਅਤੇ ਮੈਂ ਆਪਣੀ ਫਰੈਂਡ ਨੂੰ ਕਾਲ ਕਰਨ ਲੱਗੀ, ਅਤੇ ਮੈਂ ਦੇਖਿਆ ਕੋਈ ਨੋਟੀਫਿਕੇਸ਼ਨ ਆਈ ਹੋਈ ਹੈ, ਮੈਂ ਵਟਸਐਪ ਖੋਲਿਆ ਅਤੇ ਦੇਖਿਆ ਰਿਜ਼ਲਟ। ਮੈਂ ਆਪਣਾ ਨਾਮ ਸਰਚ ਕੀਤਾ, ਫਾਦਰਸ ਨੇਮ ਸਰਚ ਕੀਤਾ, ਮੈਂ ਦੇਖਿਆ ਮੈਂ ਪਾਸ, ਅਤੇ ਉਸ ਤੋਂ ਬਾਅਦ ਮੈਨੂੰ ਯਕੀਨ ਨਹੀਂ ਹੋਇਆ, ਮੈਂ ਫਿਰ ਦੁਬਾਰਾ ਦੇਖਿਆ ਕਿ ਇਹ ਮੈਂ ਹੀ ਹਾਂ ਨਾ, ਅਤੇ ਮੈਂ ਆਪਣੀ ਮਦਰ ਨੂੰ ਕਿਹਾ, ਮੰਮਾ ਮੈਂ ਪਾਸ ਹੋ ਗਈ। ਉਹਨਾਂ ਨੇ ਹਜੇ ਸਿਰਫ ਆਪਣਾ ਡਿਨਰ ਅੰਦਰ ਲਿਆਂਦਾ ਹੀ ਸੀ, ਅਤੇ ਉਹ ਕਹਿੰਦੇ ਅੱਛਾ, ਉਹਨਾਂ ਨੂੰ ਲੱਗਾ ਮੈਂ ਆਪਣੀ ਕਿਸੇ ਫਰੈਂਡ ਬਾਰੇ ਕਹਿ ਰਹੀ ਹਾਂ ਕਿ ਉਹ ਪਾਸ ਹੋ ਗਈ, ਅਤੇ ਮੈਂ ਕਿਹਾ ਮੰਮਾ ਮੈਂ ਪਾਸ ਹੋ ਗਈ। ਉਹਨਾਂ ਨੂੰ ਫਿਰ ਨਹੀਂ ਪਤਾ, ਸ਼ੀ ਵਾਜ਼ ਨੰਬ ਲਾਈਕ ਮੀ। ਅਤੇ ਉਸ ਤੋਂ ਬਾਅਦ ਫਿਰ ਤੀਸਰੀ ਵਾਰ ਮੈਨੂੰ ਨਾ 2 ਮਿੰਟ ਬਾਅਦ ਕਹਿੰਦੇ
ਤੂੰ ਪਾਸ ਹੋ ਗਈ ਤੇ ਫਿਰ ਦੌੜੇ ਦੌੜੇ ਮੈਂ ਕਿਹਾ ਹਾਂਜੀ ਮੰਮਾ ਮੈਂ ਪਾਸ ਹੋਈ ਮੈਨੂੰ ਨਹੀਂ ਮਿਲੇ ਦੌੜੇ ਦੌੜੇ ਮੇਰੇ ਗ੍ਰੈਂਡਫਾਦਰ ਕੋ ਗਏ ਸਾਡੀ ਮਾਨੀ ਪਾਸ ਹੋ ਗਈ ਫਿਰ ਸਾਰੇ ਰੋਣ ਲੱਗ ਗਏ ਖੁਸ਼ੀ ਦੇ ਅੱਥਰੂ ਜਿਵੇਂ ਕਹਿੰਦੇ ਆ ਮੇਰੇ ਗ੍ਰੈਂਡਫਾਦਰ ਬਹੁਤ ਰੋਏ ਬਹੁਤ ਖੁਸ਼ ਸੀ ਤੇ ਮੇਰੇ ਮਦਰ ਮੇਰੇ ਫਾਦਰ ਮੇਰਾ ਬ੍ਰਦਰ ਸਭ ਅਸੀਂ ਬਹੁਤ ਖੁਸ਼ ਸੀ ਇਵਨ ਮੈਂ ਵੀ ਰੋਈ ਕਿਉਂਕਿ ਮੈਂ ਤਾਂ ਸਵੇਰ ਦੀ ਰੋ ਰਹੀ ਸੀ ਵੈਸੇ ਤੇ ਬਹੁਤ ਖੁਸ਼ੀ ਵਾਲੀ ਗੱਲ ਸੀ ਫਿਰ ਮੈਂ ਮੰਦਰ 'ਚ ਮੱਥਾ ਟੇਕਿਆ ਮੇਰੇ ਬ੍ਰਦਰ ਨੇ ਮੱਥਾ ਟੇਕਿਆ ਕਿਉਂਕਿ ਪਰਮਾਤਮਾ ਦਾ ਸ਼ੁਕਰ ਕਰਨਾ ਸਭ ਤੋਂ ਪਹਿਲੀ ਗੱਲ ਸੀ ਉਸ ਦਿਨ ਹਾਂਜੀ ਅੱਛਾ ਅੰਕਲ ਕਿਵੇਂ ਸੀਗਾ ਮਾਹੌਲ ਜਦੋਂ ਆ ਕੇ ਹਿਮਾਨੀ ਨੇ ਤੁਹਾਨੂੰ ਦੱਸਿਆ ਬੜੀ ਮਾਣ ਵਾਲੀ ਗੱਲ ਹੁੰਦੀ ਹੈ ਕਿ ਏਡੀ ਵੱਡੀ ਪ੍ਰਾਪਤੀ ਹਾਸਲ ਕੀਤੀ ਮੈਂ ਕਹਿੰਦਾ ਇਹਦੇ ਨਾਲੋਂ ਕੋਈ ਵੱਡੀ ਗੱਲ ਹੋ ਨਹੀਂ ਸਕਦੀ ਹੋਰ ਕਿ ਜਿੱਥੇ ਇਹ ਪਹੁੰਚੀ ਹੈ ਅਸੀਂ ਕਦੀ ਜ਼ਿੰਦਗੀ ਸੋਚਿਆ ਵੀ ਨਹੀਂ ਸੀ ਕਿ ਇਸ ਤਰ੍ਹਾਂ ਹੋਏਗਾ ਤਾਂ ਉਸ ਟਾਈਮ ਇਸ ਤਰ੍ਹਾਂ ਹੈ ਕਿ ਅੰਦਰੋਂ ਆਈ ਹੈ ਬੇਟੀ ਕੋਲੋਂ ਤਾਂ ਦੌੜ ਕੇ ਮੈਨੂੰ ਮੈਂ ਬੈੱਡ 'ਤੇ ਬੈਠਾ ਸੀ ਆ ਕੇ ਗਲੇ ਲੱਗ ਕੇ ਅਤੇ ਕਹਿਣ ਲੱਗੀ ਹਿਮਾਨੀ ਪਾਸ ਹੋ ਗਈ ਹਿਮਾਨੀ ਪਾਸ ਹੋ ਗਈ ਹੈ ਹੈਂ ਮੈਂ ਕਿਹਾ ਬੜੀ ਖੁਸ਼ੀ ਮੇਰੇ ਨਾਲ ਵੀ ਆਂਸੂ ਆਉਣੇ ਸ਼ੁਰੂ ਹੋ ਗਏ ਮਤਲਬ ਖੁਸ਼ੀ ਇੰਨੀ ਸੀ ਕਿ ਕੁਝ ਕਹਿ ਨਹੀਂ ਸਕਦੇ ਕਿ ਕਿਸ ਤਰ੍ਹਾਂ ਦੀ ਖੁਸ਼ੀ ਸੀ ਕਦੀ ਜ਼ਿੰਦਗੀ ਦੇ ਵਿੱਚ ਨਾ ਕਦੀ ਇਹੋ ਜਿਹੀ ਖੁਸ਼ੀ ਦੇਖੀ ਅਤੇ ਨਾ ਕਦੀ ਸੁਣਿਆ ਸੀ ਕਿ ਇਹ ਚੀਜ਼ ਹੋਏਗੀ ਅਤੇ ਇਸ ਤਰ੍ਹਾਂ ਅਸੀਂ ਦੇਖਾਂਗੇ ਇੰਨੀ ਉਮੀਦ ਵੀ ਕੋਈ ਨਹੀਂ ਸੀ ਪਰ ਇਹਦੀ ਮਿਹਨਤ ਸੀ ਜਿਹੜੀ ਇਹਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਅਤੇ ਉਹਦਾ ਰੰਗ ਉਹਦਾ ਫਲ ਜਿਹੜਾ ਹੈ ਇਹਨੂੰ ਮਿਲਿਆ ਕਈ ਕਈ ਘੰਟੇ ਮਿਹਨਤ ਕੀਤੀ ਕਹਿੰਦੇ ਰਾਤਾਂ ਜਾ ਕੇ ਜਦੋਂ ਦੇਖਦੇ ਸੀਗੇ ਮਿਹਨਤ ਕਰਦੇ ਆਸ ਨਜ਼ਰ ਆਉਂਦੀ ਸੀਗੀ ਉਹਨੂੰ ਆਸ ਬਹੁਤ ਨਜ਼ਰ ਆਉਂਦੀ ਸੀ ਪਰ ਇਹ ਚੀਜ਼ ਤਾਂ ਸੋਚਿਆ ਨਹੀਂ ਸੀ ਨਾ ਜੁਡੀਸ਼ੀਅਲ ਜਾਣਾ ਹੈ ਉਸ ਟਾਈਮ 'ਤੇ ਅਸੀਂ LLB ਦਾ ਹੀ ਸੀ ਇਹਨੇ ਕਰਨੀ ਹੈ ਅਤੇ ਪਹਿਲੇ ਇਹਨੂੰ ਕਹਿੰਦੇ ਵੀ ਸੀ ਅਤੇ ਉਸ ਚੀਜ਼ ਨੂੰ ਧਿਆਨ ਨਹੀਂ ਸੀ ਦਿੰਦੀ ਕਹਿੰਦੀ ਨਹੀਂ ਅਤੇ ਬਾਅਦ ਦੇ ਵਿੱਚ ਇਹਦੇ ਆਪਣੇ ਮਨ 'ਚ ਹੀ ਇਹ ਚੀਜ਼ ਆਈ ਅਤੇ ਇਹਨੇ ਸ਼ੁਰੂ ਕਰਤਾ ਉਸ ਪਾਸੇ ਫਿਰ ਦੇਖਣਾ ਸ਼ੁਰੂ ਕਰਤਾ ਕਿ ਹੁਣ ਟ੍ਰੇਨਿੰਗ ਕਿੱਥੋਂ ਲਈਏ ਪੜ੍ਹੀਏ ਕਿੱਥੇ ਫਿਰ ਇਹ ਮਾਡਲ ਟਾਊਨ ਸ਼ੁਰੂ ਕੀਤਾ ਇਹਨਾਂ ਨੇ ਜਾਣਾ ਅਤੇ ਉਹ ਸਰ ਬੜੇ ਚੰਗੇ ਮਿਲੇ ਇਹਨਾਂ ਨੂੰ ਬੜੀ ਮਿਹਨਤ ਕਰਵਾਈ ਉਹਨਾਂ ਨੇ ਬਾਕੀ ਕਾਲਜ ਦਾ ਜਿਹੜਾ ਸਟਾਫ ਸੀ ਨਾ ਜਿਹੜੇ ਉਹਨਾਂ ਦੇ ਵੱਡੇ ਹੈੱਡ ਹੈਗੇ ਆ ਉਹਨਾਂ ਨੇ ਬਹੁਤ ਸਾਥ ਦਿੱਤਾ ਇਹਦਾ ਇਹ ਤਾਂ ਹੈ ਚਲੋ ਚੰਗਾ ਹੋਇਆ ਕਾਮਯਾਬੀ ਹੱਥ ਲੱਗੀ ਤਾਂ ਮਾਤਾ ਜੀ ਕਹਿੰਦੇ ਨੇ ਕਿ ਮਾਂ ਨੂੰ ਸਭ ਤੋਂ ਵੱਧ ਟੈਨਸ਼ਨ ਹੁੰਦੀ ਹੈ ਜਦੋਂ ਬੱਚੇ ਤਿਆਰੀ ਕਰਦੇ ਹੁੰਦੇ ਨੇ ਜਾਂ ਕਿਸੇ ਕਾਮਯਾਬੀ ਵੱਲ ਵੱਧਦੇ ਨੇ ਕੀ ਕੁਝ ਚੱਲਦਾ ਹੁੰਦਾ ਸੀਗਾ ਉਦੋਂ ਬਹੁਤ ਕੁਛ ਮਨ ਵਿੱਚ ਆਉਂਦਾ ਸੀ ਹਾਂ ਮੇਰੀ ਇਹੀ ਖੁਆਇਸ਼ ਸੀ ਕਿ ਮੇਰੀ ਬੱਚੀ ਅੱਗੇ ਜਾਏ ਹਾਂ ਅਤੇ ਅੱਗੇ ਜਾ ਕੇ ਆਪਣਾ ਆਪਣੀ ਜ਼ਿੰਦਗੀ ਨੂੰ ਸਭ ਹੁਣ ਖੁਸ਼ੀ ਮਹਿਸੂਸ ਹੁੰਦੀ ਹੈ ਜਿਵੇਂ ਹਿਮਾਨੀ ਨੇ ਦੱਸਿਆ ਕਿ ਮਾਤਾ ਦਾ ਇੱਕੋ ਸੁਪਨਾ ਸੀਗਾ ਕਿ ਮੇਰੇ ਵਾਂਗੂ ਤੂੰ ਇਸ ਹਾਲਾਤਾਂ 'ਚ ਨਾ ਰਹੇ ਅੱਗੇ ਜ਼ਿਆਦਾ ਵਧੇ ਹਾਂਜੀ ਮੇਰੀ ਇਹੀ ਖੁਆਇਸ਼ ਸੀ ਕਿ ਮੇਰੀ ਬੱਚੀ ਅੱਗੇ ਵਧੇ ਔਰ ਆਪਣੀ ਕਾਮਯਾਬੀ ਹਾਸਿਲ ਕਰੇ ਵਧਾਈਆਂ ਦੇਣ ਵਾਲਿਆਂ ਦਾ ਤਾਂ ਲੱਗਾ ਹੁਣ ਹਾਂਜੀ ਬਹੁਤ ਠੀਕ ਹੈ ਅੱਛਾ ਹਿਮਾਨੀ ਇੱਕ ਗੱਲ ਹੋਰ ਹੈ ਜਿਵੇਂ ਆਪਾਂ ਸਧਾਰਨ ਘਰਾਂ ਦੇ ਵਿੱਚੋਂ ਉੱਠਦੇ ਹਾਂ ਜਦੋਂ ਤੁਹਾਡੇ ਫਾਦਰ ਵੱਲ ਤੁਸੀਂ ਦੇਖਦੇ ਹੋਵੋਗੇ ਹਨੇਰੇ ਸਵੇਰੇ ਮਿਹਨਤ ਕਰਦੇ ਸੀਗੇ ਆਟੋ ਰਿਕਸ਼ਾ ਲੈ ਕੇ ਆਉਂਦੇ ਸੀਗੇ ਤਾਂ ਉਦੋਂ ਹੋਰ ਵੀ ਜ਼ਿਆਦਾ ਜ਼ਿੰਮੇਵਾਰੀ ਵੱਧ ਜਾਂਦੀ ਹੈ ਜਦੋਂ ਦੇਖਦੇ ਸੀਗੇ ਫਾਦਰ ਨੂੰ ਜਾਂ ਗ੍ਰੈਂਡ ਫਾਦਰ ਨੂੰ ਤੁਸੀਂ ਮਿਹਨਤ ਕਰਦੇ ਉਦੋਂ ਕੀ ਕੁਝ ਚੱਲਦਾ ਸੀਗਾ ਸਰ ਮੈਂ ਤਾਂ ਇੱਕੋ ਹੀ ਚੀਜ਼ ਦੇਖ ਕੇ ਸਿੱਖੀ ਸੀ ਕਿ ਮਿਹਨਤ ਨਾਲ ਹੀ ਗੁਜ਼ਾਰਾ ਮੇਰੇ ਮਦਰ ਨੂੰ ਦੇਖਿਆ ਮੈਂ ਭਾਵੇਂ ਘਰ ਦੇ ਵਿੱਚ ਕੰਮ ਕਰਦੇ ਨੇ ਪਰ ਬਹੁਤ ਮਿਹਨਤ ਲੱਗਦੀ ਹੈ ਉਸ ਚੀਜ਼ ਨੂੰ ਵੀ ਆਪਣੇ ਫਾਦਰ ਨੂੰ ਦੇਖਿਆ ਸਵੇਰ ਤੋਂ ਲੈ ਕੇ ਰਾਤ ਤੱਕ ਇੱਕ ਕੰਮ ਕਰਨਾ ਉਸ ਚੀਜ਼ ਨੂੰ ਬਹੁਤ ਮਿਹਨਤ ਲੱਗਦੀ ਹੈ ਪੈਸੇ ਦੀ ਕਮੀ ਸੀ ਪਰ ਗ੍ਰੈਂਡਫਾਦਰ ਦੀ ਬਹੁਤ ਸਪੋਰਟ ਸੀ ਕਿਉਂਕਿ ਮੇਰੇ ਗ੍ਰੈਂਡਫਾਦਰ ਐਕਸ ਸਰਵਿਸ ਮੈਨ ਸੀ ਜਿੰਨਾ ਕੁ ਕਰ ਸਕਦੇ ਸੀ ਉਹਨਾਂ ਨੇ ਬਹੁਤ ਜ਼ਿਆਦਾ ਕੀਤਾ ਸ਼ਾਇਦ ਮੈਨੂੰ ਲੱਗਦਾ ਕਿ ਜ਼ਰੂਰਤ ਤੋਂ ਜ਼ਿਆਦਾ ਕੀਤਾ ਅਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੈਂ ਜਦੋਂ ਦੇਖਦੀ ਸੀ ਅਤੇ ਮੇਰੇ ਅੰਦਰ ਇੱਕ ਉਬਾਲ ਜਿਹਾ ਉੱਠਦਾ ਸੀ ਕਿ ਮੈਂ ਇਹਨਾਂ ਨੂੰ ਕੁਝ ਕਰਕੇ ਦਿਖਾਉਣਾ ਹੈ ਇਹਨਾਂ ਦਾ ਧੀਆਂ ਤੋਂ ਇਹਨਾਂ ਨੂੰ ਉਮੀਦ ਇਹੀ ਸੀ ਕਿ ਆਪਣੇ ਲਈ ਕਰ ਲਏ ਬਸ ਇਹਨਾਂ ਨੂੰ ਮੇਰੇ ਕਮਾਏ ਹੋਏ ਤੋਂ ਮੇਰੀ ਕਿਸੇ ਚੀਜ਼ ਤੋਂ ਕੋਈ ਉਮੀਦ ਨਹੀਂ ਹੈ ਇਹਨਾਂ ਨੂੰ ਉਸ ਚੀਜ਼ ਦੇ ਨਾਲ ਪਿਆਰ ਨਹੀਂ ਹੈ ਮੇਰੇ ਨਾਲ ਪਿਆਰ ਸੀ ਅਤੇ ਮੈਨੂੰ ਇਹੀ ਸੀ ਕਿ ਮੈਂ ਇਹਨਾਂ ਦਾ ਇਹ ਸੁਪਨਾ ਪੂਰਾ ਕਰ ਸਕਾਂ ਅਤੇ ਮੈਂ ਇਹਨਾਂ ਵਾਸਤੇ ਇੱਜ਼ਤ ਹਾਸਲ ਕਰ ਸਕਾਂ ਜਿਹੜੀ ਸ਼ਾਇਦ ਪੈਸੇ ਦੀ ਕਮੀ ਕਰਕੇ ਸਾਨੂੰ ਨਹੀਂ ਸੀ ਮਿਲਦੀ ਅੱਛਾ ਬੜੀ ਮਿਹਨਤ ਕੀਤੀ ਹੈ ਇਹਨਾਂ ਦੀ ਤੁਹਾਡੀ ਸਪੋਰਟ ਬਹੁਤ ਜ਼ਿਆਦਾ ਰਹੀ ਵੈਸੇ ਤਾਂ ਇਹਨਾਂ ਨੂੰ ਇੰਨੇ 'ਚ ਹੀ ਬਹੁਤ ਖੁਸ਼ੀ ਹੈ ਤੁਸੀਂ ਕਾਮਯਾਬ ਹੋ ਗਏ ਹੋ ਵੈਸੇ ਕੋਈ ਡ੍ਰੀਮ ਜਾਂ ਸੁਪਨਾ ਹੈ ਕਿ ਕੀ ਕੁਝ ਕਰਨਾ ਹੁਣ ਪਹਿਲਾਂ ਬਿਲਕੁਲ ਸਰ ਮੇਰਾ ਬ੍ਰਦਰ ਹੈ ਜਿਵੇਂ ਮੈਂ ਉਹਦੀ ਸਪੋਰਟ ਬਣਨਾ ਹੈ ਮੈਂ ਆਪਣੇ ਪੇਰੈਂਟਸ ਦੇ ਲਈ ਕੁਛ ਕਰਨਾ ਹੈ ਜਿਵੇਂ ਆਪਣਾ ਘਰ ਸਿੱਧਾ ਕਰਨਾ ਹੈ ਅਸੀਂ ਕਾਫੀ ਚੀਜ਼ਾਂ ਦੇ ਵਿੱਚ ਹਜੇ ਪਿੱਛੇ ਹਾਂ ਮੈਂ ਉਹ ਸਭ ਸਿੱਧਾ ਕਰਨਾ ਚਾਹੁੰਦੀ ਹਾਂ ਉਹਨਾਂ ਵਾਸਤੇ ਕਿ ਉਹਨਾਂ ਨੂੰ ਇੱਕ ਸਕੂਨ ਦੀ ਜ਼ਿੰਦਗੀ ਦੇ ਸਕਾਂ ਬਾਕੀ ਮੈਨੂੰ ਸਭ ਤੋਂ ਵੱਡੀ ਚੀਜ਼ ਇਹੀ ਚਾਹੀਦੀ ਸੀ ਕਿ ਹਰ ਬੰਦਾ ਮੇਰੇ ਮਾਤਾ ਪਿਤਾ ਦੀ ਇੱਜ਼ਤ ਕਰੇ ਮੇਰੇ ਗ੍ਰੈਂਡਫਾਦਰ ਦੀ ਇੱਜ਼ਤ ਕਰੇ ਤਾਂ ਕਿ ਉਹਨਾਂ ਨੂੰ ਕਿਸੇ ਤੋਂ ਗੱਲ ਨਾ ਸੁਣਨੀ ਪਵੇ ਸਿਰਫ ਪੈਸੇ ਦੀ ਕਮੀ ਕਰਕੇ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਵਾਕਈ ਸਿਰ ਉੱਚਾ ਕੀਤਾ ਮਾਪਿਆਂ ਦਾ ਤਾਂ ਇਹ ਹਿਮਾਨੀ ਹੈਗੇ ਨੇ ਜਿਹੜੇ ਜਲੰਧਰ ਦੇ ਰਹਿਣ ਵਾਲੇ ਨੇ ਬਸਤੀ ਗੂਜਾਂ ਦੇ ਤਾਂ ਮਾਂ ਦੇ ਨਾਲ ਜਿਹੜਾ ਕਹਿਣਾ
ਕਹਿਣਾ ਪੈਂਦਾ ਸਭ ਨੂੰ ਕਿ ਇਸ ਧੀ ਨੇ ਜੱਜ ਦੀ ਪ੍ਰੀਖਿਆ ਜਿਹੜੀ ਆ ਉਹ ਪਾਸ ਕੀਤੀ ਆ ਤਾਂ ਬੇਹੱਦ ਮਿਹਨਤ ਲੱਗੀ ਆ ਇੱਕ ਸਧਾਰਨ ਜਿਹੇ ਘਰ ਤੋਂ ਉੱਠ ਕੇ ਇਹਨਾਂ ਨੇ ਇੰਨੀ ਵੱਡੀ ਕਾਮਯਾਬੀ ਹਾਸਲ ਕੀਤੀ ਆ ਕਾਰਨ ਸਿਰਫ ਇਹੀ ਆ ਕਿ ਮਿਹਨਤ ਔਰ ਸੰਘਰਸ਼ ਜਿਹੜਾ ਇਹਨਾਂ ਨੇ ਦੱਬ ਕੇ ਕੀਤਾ ਤਾਂ ਹੀ ਕਰਕੇ ਅੱਜ ਇਹਨਾਂ ਨੂੰ ਇੰਨੀ ਵੱਡੀ ਕਾਮਯਾਬੀ ਪ੍ਰਾਪਤ ਹੋਈ ਹੈ ਕੈਮਰਾਮੈਨ ਸਤਨਾਮ ਦੇ ਨਾਲ ਮਨਪ੍ਰੀਤ ਸਿੰਘ ਕਾਲੂ ਜਗਬਾਣੀ ਟੀਵੀ